ਕਹਿੰਦਾ ਨਾ ਪੁੱਛ ਜੇ ਕੋਈ ਹੈਗੀ ਆ ਨਾ ਤੇ ਛੇਤੀ ਛੇਤੀ ਕਰ ਦੇ, ਮੁੰਡਾ ਤੇ ਸਾਡਾ ਅੱਗੇ ਬੜਾ ਉਦਾਸ ਦਾਸ ਰਹਿੰਦਾ ਵਾ। ਤੇ ਉਹ ਆਂਦੀ ਆ ਕਿ ਉਹਦਾ ਮਾਂ ਪਿਓ ਆਂਦਾ ਵਾ ਵੀ ਅਸੀਂ ਛੇਤੀ ਕਰਦੇ ਨੂੰ। ਚੁੱਪ ਹੀ ਕਰ ਗਈ ਆ, ਕੀ ਗੱਲ ਵਾ ਮੈਨੂੰ ਵੀ ਦੱਸ ਦੋ। ਅਰੇ ਕੋਈ ਗੱਲ ਹੀ ਨਹੀਂ ਧੀਏ, ਤੇ ਦੱਸਾਂ ਤੈਨੂੰ ਕੀ। ਪਰ ਮੰਮੀ ਜਦੋਂ ਮੈਂ ਆਈ ਆ ਮੇਰੇ ਆਇਆ ਤੁਸੀਂ ਚੁੱਪ ਕੀਤੇ ਆ, ਜੇ ਕੋਈ ਗੱਲ ਨਹੀਂ ਹੈਗੀ ਤੇ ਗੱਲ ਕਰੀ ਜਾਓ ਫਿਰ, ਮੇਰਾ ਕਾਹਦਾ ਤੁਹਾਨੂੰ ਡਰ ਆ। ਨਹੀਂ ਡਰ ਤਾਂ ਧੀਏ ਕੋਈ ਨਹੀਂ। ਮੈਨੂੰ ਤੇ ਆਪ ਨੀ ਪਤਾ ਲੱਗਾ ਮੰਮੀ ਕੀ ਆਖਾਂ ਦੀ, ਉਹਨੇ ਚਿਰ ਤੂੰ ਆ ਗਈ ਆ। ਬੜੇ ਚਲਾਕ ਆ ਤੁਸੀਂ, ਸੁਣ ਤੇ ਮੈਂ ਸਾਰਾ ਕੁਝ ਲਿਆ ਵਾ, ਰਿੰਪੀ ਦਾ ਫੋਨ ਆਉਣ ਡਿਆ ਕਿ ਕੁੜੀ ਦੀ ਦੱਸ ਪਾਉਣ ਡਈ ਸੀ ਉਹ। ਤੇ ਜੇ ਤੂੰ ਸੁਣ ਲਿਆ ਧੀਏ ਸਭ ਕੁਝ ਤੇ ਫਿਰ ਦੋਰ ਪਾਉਣੀ, ਫਿਰ ਪੁੱਛਣਾ ਤੂੰ ਕੀ ਆ। ਚੰਗਾ ਨਹੀਂ ਪੁੱਛਦੀ, ਵੈਸੇ ਵੀ ਤਾਂ ਮੇਰੇ ਆਉਣ ਨਾਲ ਨਾ ਤੁਹਾਨੂੰ ਪਰਛਾਵਾਂ ਪੈ ਜਾਂਦਾ ਵਾ, ਮੈਂ ਤੈਨੂੰ ਪੁੱਛ ਕੇ ਲੱਡੂ ਥੋੜੀ ਲੈਣੇ ਆ, ਕਰੀ ਜਾਓ ਫਿਰ ਆਪਣੀਆਂ ਮਰਜ਼ੀਆਂ। ਨਹੀਂ ਤੇਰੇ ਤੋਂ ਬਗੈਰ ਥੋੜਾ ਅਸੀਂ ਕਰਨਾ ਵਾ। ਨਹੀਂ ਜੇ ਲੱਡੂ ਨਹੀਂ ਲੈਣੇ ਫਿਰ ਪੁੱਛਣ ਕੋ ਨਹੀਂ। ਜੇ ਹੁਣ ਘਰ ਦੇ ਵਿੱਚ ਹੈਗੀ ਤਾਂ ਪੁੱਛਣਾ ਤੇ ਪੈਂਦਾ ਹੀ ਆ, ਫਿਰ ਮੈਂ ਕਿਹਦੇ ਨਾਲ ਗੱਲਾਂ ਕਰਾਂ ਕਹਿੰਦਾ ਨਾ। ਹਾਏ ਰੇ ਮੰਮੀ ਆਣ ਕੇ ਬੈਠੀ ਨੇ ਮਗਰ, ਤੂੰ ਆ ਗਈ, ਗੱਲ ਤਾਂ ਪੂਰੀ ਹੋਈ ਨਹੀਂ ਅਜੇ। ਤੁਹਾਡੀਆਂ ਗੱਲਾਂ ਨਹੀਂ ਪੂਰੀਆਂ ਹੋਣੀਆਂ, ਮੈਂ ਪੂਰੀ ਗੱਲ ਸੁਣ ਲਈ ਆ, ਪਰ ਤੁਹਾਡੀ ਗੱਲ ਹਜੇ ਤੱਕ ਪੂਰੀ ਨਹੀਂ ਹੋਈ। ਤੂੰ ਤੇ ਬਾਬਾ ਲੜਨ ਦੇ ਮੂਡ 'ਚ ਰਹਿੰਦੀ 24 ਘੰਟੇ। ਆਹ ਕੋ ਗੱਲ ਸਿੱਖ ਲਈਏ, 24 ਘੰਟੇ 24 ਘੰਟੇ ਬਸ। ਅਸੀਂ ਕਿਤੇ ਬਹਿ ਜਾਈਏ ਨਾ ਰਘਵੀਰ, ਇਹ ਤਾਂ ਕੰਧਾਂ ਨਾਲ ਲੱਗੀ ਰਹਿੰਦੀ ਆ ਤੇ ਸੁਣਦੀ ਰਹਿੰਦੀ ਆ, ਤੇ ਸੁਣ ਕੇ ਵੀ ਆਣ ਕੇ ਫਿਰ ਪੁੱਛੂਗੀ। ਆਦਤ ਪੈ ਗਈ ਮਾਤਾ ਇਹਨੂੰ, ਗੱਲ ਹੋਰ ਕੋਈ ਨਹੀਂ ਗੀ, ਇਹ ਚੁੱਪ ਨਹੀਂ ਰਹਿ ਸਕਦੀ ਇੱਕ ਮਿੰਟ ਵੀ। ਜੇ ਤੂੰ ਸੁਣ ਲਿਆ ਤੂੰ ਚੁੱਪ ਕੀਤੀ ਦਾ ਸੁਣੀ ਜਾ, ਆਪ ਹੀ ਪੂਰੀ ਗੱਲ ਹੋਤ ਲੈਣ ਦੇ ਤੇ ਵਿੱਚ ਆਣ ਕੇ ਆਪਣਾ ਮਾਂਝਾ ਵਾਹ ਜਾਂਦੀ। ਮੰਮੀ ਤੂੰ ਇਦਾਂ ਕਰ, ਫੋਨ ਕਰ ਛੇਤੀ ਛੇਤੀ ਕਰਾ ਗੱਲ, ਤੇ ਜੇ ਦਿੰਦੇ ਆ ਵਿਆਹ ਤੇ ਕਰਕੇ ਗੁਰਦੁਆਰੇ ਫਿਰ ਜਿਹੜੇ ਵਿਹਲੇ ਹੋਈਏ ਗਾ। ਆਹੋ ਮੈਂ ਤੇ ਆਪ ਮੰਨੇ ਵੱਲ ਜਦੋਂ ਵੇਹਨੀ ਆ ਤੇ ਮੈਨੂੰ ਬੜਾ ਦੁੱਖ ਲੱਗਦਾ। ਉਹਦਾ ਔਖੜੇ ਔਖੜਾ ਰਹਿੰਦਾ 24 ਘੰਟੇ, ਨਾ ਕੋਈ ਚੱਜ ਨਾਲ ਗੱਲ ਕਰਦਾ ਰਹਿੰਦਾ ਵਾ, ਤੇ ਆ ਤੂੰ ਹੋਰ ਬਾਹਰ ਨਿਕਲਦਾ ਚੁੱਪ ਚਾਪ, ਅੱਗੇ ਨੂੰ ਅੱਧਾ ਰਹਿ ਗਿਆ ਤੂੰ ਹੋਰ ਜ਼ਿਆਦਾ ਟੈਨਸ਼ਨ ਲੈ ਗਿਆ ਵਾ। ਟੈਨਸ਼ਨ ਜ਼ਿਆਦਾ ਹੀ ਲੈ ਗਿਆ ਤੇ ਮੈਂ ਤੇ ਆਪ ਮੂੰਹ ਵੱਲ ਵੇਂਦੀ ਰਹਿੰਦੀ ਉਹਦੇ, ਤੇ ਉਹ ਆਂਦੀ ਆ ਛੇਤੀ ਵਿਆਹ ਕਰ ਦੇਣਾ। ਉਹ ਉਹਨੂੰ ਕਹ ਤੂੰ ਸਵੇਰੇ ਹੀ ਕਰ, ਸਵੇਰੇ ਹਾਂ ਕਰਾ ਦੇ, ਸਵੇਰੇ ਵਿਆਹ ਕਰ ਦਿੰਦੇ ਆ। ਸਵੇਰੇ ਫਿਰ ਫੋਨ ਕਰੀਏ ਉਹਨੂੰ, ਕਰਦੇ ਬੀਬੀ ਫੋਨ ਕੋਈ ਗੱਲ ਨਹੀਂ, ਕਹਿ ਕੁੜੀ ਦੀ ਫੋਟੋ ਵਿਖਾਲ ਦੇ ਮਾੜੀ ਜੀ ਤੇ ਮੰਨੇ ਨੂੰ ਵਿਖਾ ਲਗਦਾ, ਠੀਕ ਹੀ ਠੀਕ ਹੈ ਜੋ ਕੋਈ ਹੈਗਾ। ਮੈਂ ਮੰਨੇ ਨੂੰ ਵੀ ਪੁੱਛਿਆ ਸੀ, ਹਾਂ ਤੇ ਮੰਨਾ ਆਂਦਾ ਵੀ ਮੈਂ ਨਹੀਂ ਕੋਈ ਵੀ ਗੱਲ ਕਰਨੀ, ਤੁਸੀਂ ਆਪੇ ਕਰੋ ਜੋ ਕਰਨਾ ਵਾ, ਮੈਨੂੰ ਮਨਜ਼ੂਰ ਹੀ ਆ। ਚਲੋ ਠੀਕ ਆ ਫਿਰ ਤੁਸੀਂ ਕਰੋ ਗੱਲ ਸਵੇਰੇ ਉਸ ਨਾਲ। ਅੱਛਾ ਮੈਂ ਸਵੇਰੇ ਫਿਰ ਫੋਨ ਕਰੂੰਗੀ। ਹਾਂ ਚੰਗਾ ਫਿਰ ਬਹਿ ਤੇ ਮੈਂ ਫਿਰ ਉਹਦੇ ਨਾਲ ਵੇਖਾਂ, ਗਈ ਭੂ ਭੂ ਕਰਦੀ ਕੋਈ ਆ ਵੇਖ ਲਾ, ਉਹ ਹੋਰ ਵੀ ਚੰਨ ਚੜਾਇਆ ਹੋਵੇ। ਆਹੋ ਕੋਈ ਕੰਮ ਤੇ ਅਗਰ ਬੁੜੀਆਂ ਕੋਈ ਵੀ ਬੜਾ ਡਰ ਲੱਗਦਾ ਵਾ, ਝੱਟ ਹੀ ਬਸ ਖਿੱਲਰ ਜਾਂਦੀ ਆ ਉਹ, ਖਨੀ ਕਿ ਤਰ੍ਹਾਂ ਦਾ ਸੁਭਾਅ ਆ ਇਹਦਾ। ਮੈਂ ਹੁਣ ਮਨਪ੍ਰੀਤ ਨੂੰ ਆਖਣ ਡਈ ਆ, ਮੈਂ ਵੀ ਸਰਬਜੀਤ ਆਵੇ ਤੇ ਹੁਣ ਸਾਨੂੰ ਸਾਰੀ ਗੱਲਬਾਤ ਦੱਸੇ ਆਣ ਕੇ ਕਿ ਕੀ ਗੱਲਬਾਤ ਕਰਕੇ ਗਏ ਆ, ਆਪਾਂ 24 ਤਰੀਕ ਦਾ ਹੀ ਰੱਖ ਲਈਏ ਸਾਰਾ ਕੁਝ। ਮੰਮੀ ਇਹੋ ਗੱਲ ਆ ਨਾ ਵੀ 24 ਦੇ ਰੱਖ ਲਓ, ਤੁਹਾਡੇ ਕਿਹੜਾ ਜ਼ਰੂਰੀ 24 ਨੂੰ ਹੀ ਕਰਨਾ ਵਾ, ਅੱਗੇ ਪਿੱਛੇ ਕਰ ਲਿਓ ਥੋੜੀ। ਉਹ ਤੇ ਚਲੋ ਅੱਗੇ ਪਿੱਛੇ ਵੀ ਆਪਾਂ ਕਰ ਲਾਂਗੇ, ਸਾਡਾ ਮਨ ਇਹ ਆ ਵੀ ਅਸੀਂ ਸਾਈ ਦਿੱਤੀ ਹੈ ਤਾਂ ਸਾਡੀ 24 ਤਰੀਕ ਦੀ ਸਾਈ ਹੈ ਉਹਦੇ ਕੋਲ। ਨਾਲੇ ਪੁੱਤ ਸਾਰੇ ਭੰਡਣੀ ਹੋ ਜਾਂਦੀ ਜੇ ਅਸੀਂ ਗਾੜੀ ਪਿਛਾੜੀ ਕਰਦੇ, ਸਾਨੂੰ ਰਿਸ਼ਤੇਦਾਰਾਂ ਨੂੰ ਦੋਹਰੇ ਦੱਸਣਾ ਪੈਂਦਾ, ਸਾਨੂੰ ਸਾਰੇ ਕੰਮ ਹੀ ਦੁਬਾਰਾ ਸ਼ੁਰੂ ਕਰਨੇ ਪੈਂਦੇ ਆ। ਦੂਜੀ ਗੱਲ ਇਹ ਆ ਵੀ ਉਹ ਮੁੜ ਕੇ ਸਾਈ ਸਾਡੀ ਮਰ ਜਾਣੀ ਆ ਨਾ, ਇਹ ਵੀ ਚਲ ਉਸੇ ਤਰੀਕ ਤੇ ਹੋ ਜਾਊਗਾ ਸਾਨੂੰ। ਉਹ ਚੰਗਾ ਵਾ, ਕਿਸੇ ਨੂੰ ਪਤਾ ਕਿਸੇ ਨੂੰ ਨਹੀਂ ਪਤਾ, ਇਹ ਗੱਲ 'ਚ ਇਹ ਵੀ ਚਲੋ ਜਿੱਥੇ ਮੰਗੀ ਸੀ ਉੱਥੇ ਹੀ ਵਿਆਹੀ ਗਈ ਆ, ਇਹ ਗੱਲ ਹੋ ਜਾਣੀ ਆ ਹੁਣ। ਤੇ ਇਹ ਤਾਂ ਗੱਲ ਚੱਲ ਚੰਗੀ ਹੋ ਗਈ, ਉਹ ਮੈਨੂੰ ਤਾਂ ਬੜਾ ਚਾਅ ਹੀ ਜਦੋਂ ਵਧਾਈ ਦਿੱਤੀ ਉਹਨਾਂ ਨੇ, ਰੁਪਈਆ ਰੱਖਿਆ ਤੇ ਮੈਂ ਹਾਂ ਸ਼ੁਕਰ ਮਾਲਕਾ। ਸਾਡੀ ਕੁੜੀ ਸਾਡੀ ਕੁੜੀ ਐਵੇਂ ਡਰੀ ਜਾਂਦੀ, ਮੰਮੀ ਪਤਾ ਨੀ ਕੀ ਹੋਣਾ ਕੀ ਹੋਣਾ। ਨਹੀਂ ਨਹੀਂ ਕੋਈ ਨੀ, ਮਾਲਕ ਨੇ ਚੰਗਾ ਕਰਨਾ ਸਾਰਾ ਹੀ। ਹਾਂ ਉਹਨੇ ਹੀ ਕਰਨਾ, ਬਾਕੀ ਮੇਰੀ ਗੱਲ ਸੁਣੋ, ਕਿੰਨਾ ਬਲਜੀਤ ਬੋਲਦੀ ਸੀ ਉੱਥੇ,
ਜਿੱਦਾਂ ਦੇ ਕੱਪੜੇ ਬਣਾਏ ਆ ਇਹਨਾਂ ਨੂੰ ਕਿਤੇ ਸੱਜ ਸੱਜ ਪੈਣੇ ਆ। ਦੂਜੀ ਗੱਲ ਹੋਰ ਵੀ ਉਹ ਐ ਸਕੂਟਰੀ ਤੇ ਮਜੇ ਨਾ ਆਈਆਂ, ਇਹ ਨੀ ਵੀ ਹੁਮਾ ਤੁਮਾ ਉਹਨੂੰ ਵੀ ਲੈ ਆ ਉਹਨੂੰ ਵੀ ਲੈ ਆ, ਏਦਾਂ ਨੀ, ਕੋਈ ਰੌਲਾ ਨੀ, ਦੋਵੇਂ ਜਾਣੀਆਂ ਆਈਆਂ ਤੇ ਨਾਲ ਮੁੰਡਾ ਨਿਗਾਹ ਜਿਹਾ ਆ ਗਿਆ। ਆਹੋ ਹੋਰ ਚੱਲ ਨਿਆਣੇ ਦੇ ਨਾਲ ਹੀ ਆਉਣਾ ਸੀਗਾ, ਸੋਹਣਾ ਲੀੜਾ ਕੱਪੜਾ ਇਹਨਾਂ ਨੂੰ ਦੇਵਾਂਗੇ, ਸਗੋਂ ਹੋਰ ਵੱਧ ਦੇਵਾਂਗੇ। ਚਲੋ ਮਾਲ ਕਿਰਪਾ ਕਰੇ ਸੱਚੇ ਪਾਤਸ਼ਾਹ, ਇਹ ਵੀ ਸੁੱਖ ਸੁੱਖਾਂ ਨਾਲ ਮੱਥੇ ਲਾਵੇ। ਆਹੋ ਚੰਗਾ ਵੇੜਾ ਘੜੀ ਮੱਥਾ ਲੱਗੇ। ਹਾਂ ਬਿਲਕੁਲ ਬਿਲਕੁਲ, ਤੇ ਇਹ ਵੀ ਮੇਰੀ ਧੀ ਹੁਣ ਮੈਂ ਜਾਵਾਂ ਸਰਬਜੀਤ ਵੱਲ ਕੇ ਜਾਂ ਕਿੱਦਾਂ? ਕੋਈ ਨੀ ਜਾਪੇ ਹੁੰਦੇ ਅੰਦਰ, ਆਪੇ ਆਣ ਕੇ ਦੱਸ ਦੂਗੀ, ਐਂ ਕੀ ਮਗਰ ਉਹਦੇ ਜਾਣਾ ਉਹਨੇ। ਆਹੋ ਚੱਲ ਉਹ ਘੜੀ ਉੱਪਰੀ ਆਪਣੀ ਆ, ਆਪਣੀ ਹੈਗੀ, ਉਹਨੇ ਆਪੇ ਕੰਮ ਧੰਦਾ ਕਰਕੇ ਉਹਨੇ ਧਾਰਾਂ ਧੂਰਾਂ ਕੱਢ ਕੇ ਆਪੇ ਦੱਸ ਜੂਗੀ ਆਣ ਕੇ। ਆਹੋ ਆ ਜਾਂਦੀ, ਚੱਲ ਕੋਈ ਨੀ। ਹਾਂ ਕੁੜੀ ਤੇ ਚਲੋ ਹਨਾ ਤੁਹਾਡੇ ਸਾਹਮਣੇ, ਕੁੜੀ ਚਲੋ ਅਸੀਂ ਕਹਿੰਦੇ ਹਾਂ ਸੋਹਣੀ ਆ, ਕੁੜੀ ਨੀ ਮਾੜੀ, ਅਸੀਂ ਇਹ ਥੋੜੀ ਕਿਹਾ ਕਿ ਕੁੜੀ ਮਾੜੀ ਆ, ਪਰ ਹੁਣ ਸਾਨੂੰ ਇਹ ਨੀ ਨਾ ਪਤਾ ਵੀ ਕੁੜੀ 'ਚ ਕਮੀ ਕੀ ਸੀ। ਸਰਬਜੀਤ ਸਾਨੂੰ ਪਹਿਲਾਂ ਗੱਲ ਦੱਸ ਦਿੰਦੀ ਹਾਂ, ਹੁਣ ਮੁੰਡੇ ਨੇ ਵੀ ਨੀ ਮੰਨਣਾ ਹੈਗਾ। ਉਹੀ ਆਣਾ ਉਹਨੂੰ ਕਹਿਣਾ ਕਿ ਜੇ ਤੁਹਾਨੂੰ ਪਹਿਲੇ ਪਤਾ ਲੱਗ ਗਿਆ ਸੀ ਤੇ ਮੇਰੀ ਸਲਾਹ ਲੈ ਲੈਂਦੇ, ਪਤਾ ਵੀ ਹੁਣ ਸਾਨੂੰ ਉਹਨੇ ਦੱਸਿਆ, ਪੈਸੇ ਵੀ ਅਸੀਂ ਧਰ ਦਿੱਤੇ ਤੇ ਫਿਰ ਅਸੀਂ ਰਿਸ਼ਤੇਦਾਰਾਂ ਨੂੰ ਕੀ ਦੱਸਾਂਗੇ, ਰਿਸ਼ਤੇਦਾਰਾਂ ਨੂੰ ਵੀ ਕੀ ਦੱਸਾਂਗੇ, ਤੇ ਜੇ ਅਸੀਂ ਬਾਅਦ ਵਿੱਚ ਉਹਨੂੰ ਪਤਾ ਲੱਗ ਗਿਆ ਤੇ ਉਹਨੇ ਕਹਿਣਾ ਮੈਨੂੰ ਪਹਿਲਾਂ ਕਿਉਂ ਨਹੀਂ ਤੁਸੀਂ ਗੱਲ ਦੱਸੀ, ਤੇ ਹੁਣ ਅਸੀਂ ਕੀ ਕਰੀਏ। ਅੱਗੇ ਉਹ ਵਕੀਲ ਆ, ਉਹਨੇ ਕਈ ਗੱਲਾਂ ਵਿੱਚੋਂ ਕੱਢਣੀ, ਉਹਨੇ ਕਨੂਆਂ ਪੁੱਟਣੀਆਂ, ਇੱਕ ਨਾਲੇ ਵਿਆਹ ਧਰਿਆ ਤੇ ਫਿਰ ਉਹਦਾ ਰਿਸ਼ਤਾ ਛੁੱਟਿਆ, ਤੇ ਕੀ ਪਤਾ ਕੀ ਗੱਲ ਸੀ ਵਿੱਚ ਜਿਹੜਾ ਉਹਨਾਂ ਨੇ ਵੀ ਛੱਡ ਦਿੱਤਾ। ਇਹ ਦੱਸ ਦਿੰਦੇ ਪਹਿਲਾਂ ਤੇ ਫਿਰ ਹੀ, ਤੇ ਨਾਲੇ ਦੇਣ ਵੀ ਦੱਸ ਦਿੰਦੇ ਆ ਤੇ ਅਸੀਂ ਪਤਾ ਕੀ ਕਰ ਲੈਣਾ ਵਿੱਚ। ਪੜਿਆ ਲਿਖਿਆ ਮਨਰਾਜ ਵੀ ਹਨਾ, ਇਹ ਵੀ ਪੜ੍ਹੀ ਲਿਖੀ ਆ, ਚਲੋ ਕੁੜੀ ਤੇ ਕੋਈ ਕਸੂਰ ਨੀ ਹੈਗਾ, ਤੇ ਪੜ੍ਹੇ ਲਿਖੇ ਫਿਰ ਵੀ ਇੱਕ ਦੂਜੇ ਨੂੰ ਸਮਝ ਲੈਂਦੇ ਹਨਾ, ਮਤਲਬ ਕਿਸੇ ਨੇ ਰਿਸ਼ਤਾ ਛੱਡ ਦੇਣਾ ਇਹਦੇ ਵਿੱਚ ਕੁੜੀ ਦਾ ਕੀ ਕਸੂਰ ਹਨਾ ਇਹਦੇ ਵਿੱਚ ਹੁੰਦਾ, ਤੇ ਮੈਂ ਤਾਂ ਕਰਕੇ ਚਲੋ ਆਪਣੇ ਆ ਭੈਣ ਭਰਾ ਵਾ ਇਹਨਾਂ ਨੂੰ ਯਕੀਨ ਆ ਮੇਰੇ ਤੇ, ਚਲੋ ਮੰਮੀ ਚੱਲੀਏ ਸਾਡੇ ਵੱਲੋਂ ਹੁਣ ਜਿੱਦਾਂ ਮਰਜ਼ੀ ਜਵਾਬ ਦਿਓ ਦੀਦੀ, ਅਸੀਂ ਹੁਣ ਚੱਲੇ ਆ। ਹੁਣ ਮੈਂ ਕੀ ਜਵਾਬ ਦਊਂਗੀ ਚਾਚਾ ਜੀ ਹੋਰਾਂ ਨੂੰ? ਚਲੋ ਹੁਣ ਤੁਸੀਂ ਆਪਣੇ ਵੱਲੋਂ ਜੋ ਜਵਾਬ ਦੇਣਾ ਹੋਏਗਾ ਦੀਦੀ ਦੱਸ ਦਿਓ, ਤੁਸੀਂ ਥੋੜ੍ਹਾ ਜਿਹਾ ਸਾਡੇ ਨਾਲ ਪਹਿਲਾਂ ਗੱਲ ਖੋਲ ਦੇਣਾ ਤੇ ਅਸੀਂ ਮਨਰਾਜ ਨੂੰ ਪਹਿਲਾਂ ਦੱਸ ਦੇਣਾ ਸੀ, ਤੇ ਚਲੋ ਕੋਈ ਨਾ ਕੋਈ ਗੱਲ ਕਰਕੇ ਸਲਾਹ ਕਰਕੇ ਸਾਨੂੰ ਦੱਸ ਦੇ, ਚਲੋ ਪਤਾ ਕਰ ਲੈਂਦੇ ਅਸੀਂ ਕੁੜੀ ਬਾਰੇ ਥੋੜ੍ਹਾ ਬਹੁਤਾ ਵੀ, ਤੇ ਜੇ ਚਲੋ ਨਾ ਕੁੜੀ ਦਾ ਕੋਈ ਕਸੂਰ ਹੁੰਦਾ ਤੇ ਅਸੀਂ ਵੀ ਕਰ ਲੈਣਾ ਸੀ, ਪੜ੍ਹੀ ਲਿਖੀ ਆ, ਸੋਹਣੀ ਆ, ਚੱਲ ਸਿੰਪਲ ਆ, ਉਹ ਇਹੋ ਜਿਹੀ ਲੱਭਦਾ, ਇੰਨੀ ਕੁ ਗਲਤੀ ਹੋ ਗਈ, ਇਹ ਗਲਤੀ ਹੋ ਗਈ ਨਾ ਤੁਹਾਡੇ ਕੋਲ, ਹੁਣ ਤੁਸੀਂ ਨਾਲ ਇੱਕ ਵਿਆਹ ਵੀ ਕਹਿਣ ਡੇ ਕਿ ਸਾਨੂੰ ਦਸਾਂ ਦਿਨਾਂ 'ਚ ਹੀ ਚਾਹੀਦਾ, ਤੇ ਉਹਨੇ ਕਿਹਾ ਸੀ ਕਿ 2 ਕੁ ਮਹੀਨੇ ਦਾ ਵਿੱਚ ਕੋਈ ਵੀ ਰੱਖ ਲਿਓ ਵਿਆਹ ਦਾ, ਇੰਨੀ ਜਲਦੀ ਤੁਸੀਂ ਨਾਲੇ ਕਹਿਣ ਡੇ ਵਿਆਹ ਆ, ਚਲੋ ਹੁਣ ਤੁਸੀਂ ਕਰ ਲਿਓ ਫਿਰ ਜਿੱਦਾਂ ਵੀ ਕਰਨਾ ਹੋਏਗਾ ਦੇ ਦਿਓ ਜਵਾਬ ਫਿਰ। ਐਵੇਂ ਕੁੜੀ ਵਿੰਦ ਫਿਰਦੇ ਜੇ, ਨਾ ਮੈਂ ਉੱਥੇ ਮਰ ਤੇ ਨਹੀਂ ਜਾਣਾ ਸੀ, ਜਾਂ ਮੈਨੂੰ ਡਾਕਟਰ ਨੇ ਉੱਥੇ ਰੱਖ ਲੈਣਾ ਸੀ ਰਾਤ। ਭਾਬੀ ਭਾਵੇਂ ਕੁੜੀ ਵੇਖੀਏ ਸਾਹਮਣੇ ਤੁਹਾਡੇ, ਭਾਵੇਂ ਨਾ ਵੇਖੀਏ, ਖਬਰਦਾਰ ਜੀ ਮੇਰਾ ਨਾਂ ਲਿਆ ਤੇ ਮੇਰਾ ਵਿੱਚ ਕੋਈ ਰੋਲ ਨੀ ਹੋਏਗਾ, ਜਦੋਂ ਕੋਈ ਘਰ ਚ ਨੁਕਸਾਨ ਹੁੰਦਾ ਤੁਸੀਂ ਮੇਰਾ ਨਾਂ ਲਾ ਦਿੰਦੇ ਜੇ। ਸਭ ਤੋਂ ਵੱਧ ਭਾਬੀ ਰੋਲੀ ਤੂੰ ਪਾਈ ਹੋਏਗੀ ਨਾ ਪਾਈ, ਨਾ ਕਾਹਦੀ ਰੋਲੀ ਪਾਈ ਵੇ ਮੈਂ?
ਭਾਬੀ ਨੇ ਨੀ ਹੋਣ ਦਿੱਤਾ ਮੁੜ ਕੇ ਸਾਰੀ ਉਮਰ ਲੋਕੀ ਮੈਨੂੰ ਮਿਹਣੇ ਮਾਰਦੇ ਰਹਿਣ ਵੀ ਭਾਬੀ ਨੇ ਨੀ ਦੇਰ ਨੂੰ ਕਿਸੇ ਪਾਸੇ ਲੱਗਣ ਦਿੱਤਾ। ਮੈਂ ਨਹੀਂ ਕਰਾ ਕੇ ਖੁਸ਼ ਹੈਗਾ, ਸਿੱਧੀ ਗੱਲ ਵਾ, ਮੈਨੂੰ ਪਤਾ ਵਾ ਜੋ ਇੱਥੇ ਹਾਲਾਤ ਹੈਗੇ ਆ। ਕੀ ਹਾਲਾਤ ਵਾ, ਕੀ ਤੈਨੂੰ ਦਿਖਣ ਡਿਆ ਵਾ ਜੋ ਮੈਨੂੰ ਨੀ ਦਿਖਣ ਡਿਆ? ਇੱਥੇ ਖੜਾ ਲੱਗਾ ਰਹਿਣਾ ਵਾ। ਖੜਾ ਲਾਇਆ ਕਿੰਨੇ ਆ? ਜਿੰਨੀਆਂ ਜਮਾਨਾਂ ਇੱਥੇ ਸਾਰਿਆਂ ਦੀਆਂ। ਪਤਾ ਭਾਬੀ ਮੈਨੂੰ, ਆਹੋ ਬਹੁਤਾ ਭਾਬੀ ਮੇਰਾ ਮੂੰਹ ਨਾ ਖਲਾ ਚੰਗਾ। ਖੋਲ ਲਾ ਤੂੰ ਅੱਜ, ਖੋਲ ਹੀ ਲੈ, ਮੈਂ ਵੀ ਸੋਣਾ ਪਤਾ ਤੂੰ ਕੀ ਕਹਿਣਾ ਚਾਹੁੰਦਾ ਅੱਜ। ਮੈਂ ਭਾਬੀ ਤੇਰੀ ਇੱਜ਼ਤ ਕਰਦਾ। ਤੇ ਮੈਂ ਵੀ ਤੇਰੀ ਇੱਜ਼ਤ ਕਰਦੀ, ਮੈਂ ਤੈਨੂੰ ਨਿੱਕੇ ਭਰਾ ਵਾਂਗੂ ਸਮਝਦੀ ਆ ਤੇ ਪਰ ਤੈਨੂੰ ਇੱਜ਼ਤ ਕਰਾਉਣੀ ਨਹੀਂ ਆਉਂਦੀ, ਭਰਾ ਬਣ ਕੇ ਤੈਨੂੰ ਰਹਿਣਾ ਨਹੀਂ ਆਉਂਦਿਆ। ਹੁਣ ਭਾਬੀ ਜੇ ਤੂੰ ਮੇਰੇ ਲਾਗੇ ਬਾਰ ਬਾਰ ਬੋਲੇਗੀ ਫਿਰ ਮੂੰਹ ਖੁੱਲਣਾ ਹੀ ਖੁੱਲਣਾ। ਜਦੋਂ ਤੈਨੂੰ ਮੈਂ ਸਿਰਫ ਇਹੋ ਪੁੱਛਿਆ ਨਾ ਵੀ ਕੁੜੀ ਵੇਂਦੇ ਫਿਰਦੇ ਜੇ ਤੇ ਤੂੰ ਮੈਨੂੰ ਸਿੱਧਾ ਸਿੱਧਾ ਉਹਦਾ ਜਵਾਬ ਦੇ ਦੇ ਤੇ ਮੈਂ ਜਾਵਾਂ ਇੱਥੋਂ। ਮੈਨੂੰ ਮੰਮੀ ਨੇ ਕੀਤੀ ਮੇਰੇ ਨਾਲ ਗੱਲ, ਮੈਂ ਉਹਨੂੰ ਕਿਹਾ ਜਿੱਦਾਂ ਵੀ ਤੁਸੀਂ ਕਰਨੀ ਕਰ ਦਿਓ, ਮੇਰਾ ਨਹੀਂ ਕੋਈ ਹੈਗਾ ਲੇਕਾ ਜੱਕਾ। ਸਾਰਾ ਤੁਹਾਡਾ ਤੇਰਾ ਤੇ ਤੇਰੀ ਮਾਂ ਦਾ ਸਿਆਪਾ ਹੀ ਸਾਰਾ, ਮੇਰੀ ਸੁਣ ਲਾ ਹੁਣ ਗੱਲ ਧਿਆਨ ਨਾਲ। ਜੇ ਮੈਂ ਇਹ ਵੀ ਗੱਲ ਕਿਹਾ, ਮੈਂ ਹਾਂ ਜੇ ਮੈਂ ਪਸੰਦ ਕਰ ਲਈ ਤੇ ਤੁਸੀਂ ਤਾਂ ਵੀ ਨਹੀਂ ਹੋਣ ਦੇਣਾ, ਜੇ ਨਾ ਕਿਸੇ ਤਾਂ ਵੀ ਨਹੀਂ ਹੋਣਾ। ਮੇਰੇ ਤੋਂ ਚੋਰੀਆਂ ਕਮਾਉਂਦੇ ਫਿਰਦੇ ਹਨਾ, ਜੇ ਮੈਂ ਉਧਰ ਗਈ ਤੇ ਉੱਥੇ ਗੁੰਮ ਹੋ ਗਏ ਦੋਵੇਂ ਜਾਣੇ, ਬੋਲੇ ਨਹੀਂ ਤੇ ਲੋਕਾਂ ਨੇ ਪਤਾ ਕੀ ਕਹਿਣਾ, ਭਰਜਾਈ ਜੇ ਕਸੂਰ ਵਾ, ਆਪਣਾ ਕਸੂਰ ਤੁਹਾਡਾ ਕਿਸੇ ਨੇ ਨਹੀਂ ਵੇਖਣਾ। ਕਦੀ ਘਰ ਦੇ ਮੈਂਬਰ ਤੋਂ ਵੀ ਚੋਰੀ ਹੋਈ ਆ? ਘਰ ਦੇ ਮੈਂਬਰਾਂ ਤੋਂ ਨਹੀਂ ਚੋਰੀ ਹੁੰਦੀ, ਪਰ ਮੈਂ ਘਰ ਦਾ ਮੈਂਬਰ ਨਹੀਂ ਨਾ, ਮੈਂ ਨੌਂ ਵਾ। ਭਾਬੀ ਅਸੀਂ ਤੈਨੂੰ ਘਰ ਦਾ ਮੈਂਬਰ ਸਮਝਦੇ ਆ, ਪਰ ਤੂੰ ਨੌਂ ਬਣ ਰਹੀ ਆ। ਮੈਂ ਬਣ ਨਹੀਂ ਰਹੀ, ਤੂੰ ਤਾਂ ਤੇਰੀ ਮਾਂ ਨੇ ਮੈਨੂੰ ਬਣਾਤਾ ਤੇ ਕੋਹ ਤੁਹਾਡੀ ਕੁੜੀ ਨੇ ਬਣਾ ਛੱਡਿਆ ਮੈਨੂੰ। ਭਾਬੀ ਸਾਰੀ ਤੇ ਤੇਰੀ ਚੱਲੀ ਆ। ਕੀ ਮੇਰੀ ਚੱਲੀ ਆ? ਜਿੱਥੇ ਤੇਰੀ ਭੈਣ ਚੰਦੀ ਉੱਥੇ ਤੇ ਉਹਦਾ ਵਿਆਹ ਕੀਤਾ, ਮੇਰੀ ਕਾਹਦੀ ਚੱਲੀ? ਮੈਂ ਕਿਹੜਾ ਮੁੰਡਾ ਲਿਆ ਕੇ ਖਿਲਾਰਿਆ ਵੀ ਇਹਦੇ ਨਾਲ ਵਿਆਹ ਕਰ ਦੋ ਇਹਦਾ? ਤੇ ਭਾਬੀ ਉਹ ਮੁੰਡਾ ਤਾਂ ਪਹਿਲਾਂ ਪਸੰਦ ਕੀਤਾ ਸੀ, ਹੁਣ ਬਾਰ ਬਾਰ ਗੱਲਾਂ ਕਰਨ ਦਾ ਕੋਈ ਫਾਇਦਾ ਹੋ ਗਈ? ਜੋ ਗੱਲਾਂ ਹੋ ਗਈਆਂ ਰਹਿਣ ਦਿਓ ਤੁਸੀਂ। ਫੇਰ ਕਹਿਣਾ ਮੈਨੂੰ ਨੀ ਪਤਾ, ਮੈਨੂੰ ਨੀ ਪਤਾ? ਪਤਾ ਤੈਨੂੰ ਸਾਰਾ, ਮੈਂ ਮੀਣਿਆ ਜਿਹਾ। ਭਾਬੀ ਮੇਰਾ ਮੂੰਹ ਨਾ ਖਲਾ, ਮੈਂ ਕਹਿਣ ਡਿਆ ਨਾ ਖਲਾ, ਆ ਹੱਥ ਜੋੜ ਤੇਰੇ ਗਾਰੀ ਆ ਮੇਰੀ। ਮੈਂ ਸੁਣ ਲਾ ਗੱਲ ਮੇਰੀ, ਹੁਣ ਮੈਂ ਵੀ ਇੱਥੇ ਖਲੋਤੀ ਹਾਂ, ਤੂੰ ਮੂੰਹ ਖੋਲ ਹੀ ਲੈ, ਤੂੰ ਮੂੰਹ ਖੋਲ ਹੀ ਲੈ ਹੁਣ ਅੱਜ। ਭਾਬੀ ਤੂੰ ਨੀ ਜਾਣਾ, ਮੈਨੂੰ ਜਾਣਾ ਪੈਣਾ ਹੁਣ। ਹੁਣ ਬਚਦਾ ਫਿਰਦਾ ਮੇਰੇ ਤੋਂ ਸਾਰਾ ਕੁਛ, ਇਹਨੂੰ ਪਤਾ ਮੀਣੇ ਜੇ ਨੂੰ ਦੱਸਣਾ ਨਹੀਂ ਚਾਹੁੰਦਾ, ਕੀ ਪਤਾ ਕਿੱਥੇ ਕੁੜੀ ਵੇਖ ਲਈ ਆ ਹੁਣ ਇਹਨਾਂ ਨੇ। ਕਿੱਦਾਂ ਦਾ ਸੁੱਕਣ ਡਈ ਆ, ਬੁਸਕਣ ਡਈ ਆ, ਕਿੱਦਾਂ ਇੱਕ ਗੱਲ ਵਾ ਇਹਨੂੰ ਗੋਲੀ ਮਾਰ ਦਿੱਤੀ, ਕੀ ਮਾੜਾ ਕਹਿਤਾ ਵਾ? ਵਹਿੰਦੀ ਕਿਤੇ ਮੰਮੀ, ਇੱਧਰ ਉੱਠ ਕੇ ਬਹਿ ਗਏ ਜੇ। ਮੈਂ ਸਾਬੀ ਇਸ ਕਰਕੇ ਬਹਿ ਗਈ ਉੱਥੋਂ ਵੀ ਫੇਰ ਤੁਸੀਂ ਕਹਿਣਾ ਵੀ ਖਰਿਆ ਤੁਸੀਂ ਅੰਦਰ ਬੋਲਣ ਡੇ, ਮੈਂ ਫੇਰ ਕਹਿਣਾ ਵਾ ਵੀ ਖਰਿਆ ਦੀਆਂ ਗੱਲਾਂ ਸੁਣ ਡਈ ਆ, ਤੇ ਮੈਂ ਮਨਾ ਐਵੇਂ ਬੁਰਾ ਨਹੀਂ ਡਰਾ ਤੇਰੀ ਬਰਿਆਈ ਤੋਂ ਡਰੀਦਾ ਵਾ, ਤੇ ਮੈਂ ਇੱਥੇ ਹੀ ਬਹਿ ਗਈ ਹਾਰ ਕੇ ਆ ਕੇ। ਹਟਦੀ ਵਾ ਕਹਿ ਇਹ ਵੀ ਨਹੀਂ ਆ, ਉਹ ਵੀ ਮੇਰੇ ਵੀ ਦੁਆਲੇ ਹੋਈ ਆ ਵੇਖ। ਫੇਰ ਤੂੰ ਦੱਸ ਮੈਨੂੰ ਕਿਸੇ ਦੀ ਮਿਹਤ ਹੈਗੀ ਆ? ਤੂੰ ਦੱਸ, ਤੂੰ ਤੇ ਮੇਰੇ ਤੇ ਕਸੂਰ ਕਰਦਾ ਵੀ ਮਾਂ ਹੀ ਨਹੀਂ ਮੇਰੀ ਚੰਗੀ ਹੈਗੀ। ਮੰਮੀ ਹੁਣ ਮੈਂ ਤੇ ਵਿਆਹ ਕਰਾ ਰਿਆ ਹੈ, ਨਾ ਤੁਸੀਂ ਸਹਿਮਤ ਨਾ ਉਹਦੇ ਘਰ ਦੇ ਸਹਿਮਤ, ਫਿਰ ਉਹ ਜਾਵੇ ਵੀ ਕਿੱਥੇ, ਇੱਥੇ ਹੀ ਰਹਿਣਾ ਵਾ ਨਾ। ਫਿਰ ਓਹੀ ਗੱਲ, ਮੈਂ ਕਹਿਣ ਵੀ ਮੈਨੂੰ ਦੁੱਪਰ ਆ ਰਹੀ ਨੀਗੀ, ਪਰ ਪਾਪਾ ਤੂੰ ਸਮਝਾਇਆ ਕਰ ਵੀ ਮੇਰੀ ਮਾਂ ਵਾ। ਸਮਝਾਉਣਾ ਵਾ ਮੰਮੀ, ਉਹ ਵੀ ਅੱਗਿਓ ਕਹਿਣ ਦੀ, ਤੇਰੀ ਵੀ ਮਾਂ ਏਦਾਂ ਹੀ ਕਰਦੀ ਆ। ਕੀ ਮੈਂ ਕਰਨ ਡਈ ਦੱਸ, ਕੰਮ ਮੈਂ ਹਜੇ ਹੁਣ ਇੰਨਾ ਡੰਬਦੀ ਨੀ, ਮੈਂ ਆਪ ਕੰਮ ਕਰਦੀ, ਦੱਸ ਹੋਰ ਮੈਂ ਕੀ ਕਰਾਂ। ਮੈਨੂੰ ਵੀ ਚਾਹ ਵਾ ਵੀ ਚੱਲ ਆਈ ਆ ਨਵੀਂ ਸਮੀ, ਚੂੜਾ ਪਾਇਆ ਵਾ, ਮੈਨੂੰ ਕਿਤੇ ਘੱਟ ਚਾਹ, ਮੈਂ ਤੁਹਾਡੇ ਮੂੰਹ ਵੱਲ ਵੇਖਣਾ, ਮੈਂ ਕਿਤੇ ਹੋਰ ਕਿਤੇ ਕਿਹਦੇ ਵੱਲ ਵੇਖਣਾ ਜਾ ਕੇ।
ਉਹ ਮੰਮੀ ਜਦੋਂ ਤੁਸੀਂ ਕੰਮ ਕਰਦੇ ਜੇ ਨਾ ਤੇ ਹੌਲੀ ਜਿਹੀ ਉਹਨੂੰ ਵੀ ਪਿਆਰ ਨਾਲ ਕਹਿ ਦਿਆ ਕਰੋ ਵੀ ਆਹ ਸੁੱਖ ਆਹ ਕੰਮ ਕਰਾ ਨਾਲ। ਚੱਲ ਸਾਬੀ ਮੈਂ ਕਹਿੰਦੀ ਜੇ ਨਵੀਂ ਸਮੀ ਆ ਤੇ ਚੱਲ ਕੋਈ ਗੱਲ ਨੀ, ਕੰਮ ਹੀ ਕਰਨਾ ਸਾਰੀ ਉਮਰ। ਗੱਲ ਤੇ ਮੇਰੇ ਹੋਈ ਆ, ਸਮਝਦੀ ਨਹੀਂ, ਤੁਸੀਂ ਕਹਿੰਦੇ ਨਹੀਂ ਉਹ ਕਰਦੀ ਨਹੀਂ, ਜੇ ਤੁਸੀਂ ਕਹੋਗੇ ਤੇ ਉਹ ਕੰਮ ਲੱਗੂਗੀ। ਚੱਲ ਫਿਰ ਜੇ ਹੁਣ ਏਦਾਂ ਵਾ ਤੇ ਏਦਾਂ ਹੀ ਸਹੀ ਫਿਰ, ਮੈਂ ਹੁਣ ਫਿਰ ਕੰਮ ਤੋਂ ਸਵੇਰੇ ਨੂੰ ਸੁੱਖ ਤੇ ਠਾਲਿਆ ਕਰ ਤੇ ਕੰਮ ਕਰਿਆ ਕਰੇ ਘਰ ਦਾ। ਆ ਹੁਣ ਵੀ ਦਵਾਂ ਆਵਾਜ਼ ਕਰੂਗੀ ਕੰਮ, ਕਹੋ ਉਹਨੂੰ ਵੀ ਸੌਖਾ ਕੰਮ ਕਰ। ਨਹੀਂ ਸੁੱਖ ਉੱਠ ਉੱਠ ਕੇ ਤੇ ਆਣ ਕੇ ਬਾਹਰ ਬਾਹਰ ਬੋਕਰ ਫੇਰ ਰੋਟੀ ਪਾਣੀ ਕਰੋ ਉੱਠ ਕੇ। ਹੁਣ ਵੇਖ ਲੈ ਸਾਬੀ, ਹੁਣ ਤਾਂ ਮੈਂ ਪਿਆਰ ਨਾਲ ਆਵਾਜ਼ ਦਿੱਤੀ ਆ ਤੇ ਮੈਂ ਹੁਣ ਇਹ ਵੀ ਵੇਖ ਲੈਣੀ ਵੀ ਉੱਠਦੀ ਆ ਕਿ ਨਹੀਂ ਉੱਠਦੀ। ਆਊਗੀ ਕੋਈ ਨੀ ਮੰਮੀ ਆਊਗੀ। ਤੇ ਜੇ ਤੂੰ ਕਹਿੰਦਾ ਵਾ ਵੀ ਤੇਰੇ ਚ ਕਸੂਰ ਵਾ, ਹੁਣ ਤੂੰ ਆਪੇ ਦੇਖ ਲਈ ਵੀ ਕੰਮ ਕਰਦੀ ਚਾਹੇ ਨਹੀਂ, ਘਰ ਵੀ ਇਹਦਾ ਬਾਹਰ ਵੀ ਇਹਦਾ ਸਾਂਭ ਲੂਗੀ ਤਾਂ ਵੀ ਚੰਗਾ, ਗਵਾ ਲੂਗੀ ਤਾਂ ਵੀ ਚੰਗਾ, ਮੈਨੂੰ ਪੁੱਤ ਕੋਈ ਪਤਲਾ ਨਹੀਂ। ਫਿਰ ਹੁਣ ਮੈਂ ਤੈਨੂੰ ਵੀ ਤਾਂ ਕੰਮ ਤੋਂ ਕਹਿੰਦੀ, ਗੁੱਸੇ ਹੁੰਦੀ ਆ ਨਾ ਤੇ ਕੀ ਗੱਲ, ਮੈਂ ਤੈਨੂੰ ਪਿਆਰ ਨਹੀਂ ਕਰਦੀ। ਉਹ ਮੰਮੀ ਕਿਤੇ ਨਹੀਂ ਗਵਾਉਣ ਲੱਗੀ, ਇੱਥੇ ਹੀ ਰਹਿਣਾ ਸਾਰਾ ਕੁਝ, ਨਾ ਮੈਂ ਲੈ ਜਾਣਾ ਨਾ ਤੁਸੀਂ ਲੈ ਜਾਣਾ ਨਾ ਇਹਨੇ ਲੈ ਜਾਣਾ। ਪੁੱਤ ਫੇਰ ਵੀ ਹੁਣ ਇਹ ਤੂੰ ਕਹਿੰਦਾ ਤਾਂ ਹੈਗਾ ਨਾ ਕੋਈ ਨਹੀਂ, ਆ ਹੁਣ 100 ਭਾਈ ਭੈਣ ਭਰਾ ਆਉਂਦੇ ਤੇ ਕੀ ਗੱਲ, ਬੁਹਾਰੀ ਬੁਕਰ ਪੋਚੇ ਨਾ ਲੱਗਣ ਤਾਂ ਆ ਘਰ ਮਹਿਲ ਛੱਤਿਆਂ ਦਾ ਕੀ ਫਾਇਦਾ ਵਾ, ਇਹਨਾਂ ਤੁਹਾਡੇ ਵਾਸਤੇ ਛੱਤੇ ਆ, ਔਖੀ ਹੋ ਕੇ ਬਣਾਏ ਆ। ਓਏ ਆਹੋ ਕੋਈ ਨਹੀਂ ਉਹਨੇ ਉੱਠਣਾ, ਸੁੱਖ ਆ ਇੱਧਰ ਬਾਹਰ ਕਰਾ ਕੰਮ ਨਾਲ ਯਾਰ, ਆਉਂਦੀ ਆ ਕੋਈ ਨਹੀਂ। ਆ ਚੱਲ ਇਹ ਵੀ ਦੇਖ ਲਾ, ਇਹ ਵੀ ਦੇਖ ਲਾ ਤੂੰ ਮੇਰੇ 'ਚ ਕਸੂਰ ਕੱਢਦਾ, ਹੁਣ ਘੜੀ ਬਹਿ ਕੇ ਵੇਖ ਵੀ ਉੱਠਦੀ ਆ ਕਿ ਨਹੀਂ। ਚੱਲ ਮੈਂ ਕਹਿੰਦਾ ਉਹਨੂੰ ਜਾ ਕੇ ਕਹਿੰਦਾ, ਕੋਈ ਨਹੀਂ ਕੀ ਪਤਾ ਕਿੱਦਾਂ ਦਾ ਸੁਭਾਅ ਵਾ ਕਿੱਦਾਂ ਦਾ ਨਹੀਂ, ਆਕੜ ਤਾਂ ਬੜੀ ਆ, ਹੁੰਦੀ ਬੋਲਦੀ ਤਾਂ ਇੰਨਾ ਕੀ ਆ, ਕੂੰ ਕੂੰ ਕਰਦੀ ਫਿਰਦੀ ਆ। ਸੁੱਖ ਮੈਂ ਵੀ ਆਵਾਜ਼ਾਂ ਮਾਰਨ ਡਿਆ, ਮੰਮੀ ਵੀ ਆਵਾਜ਼ਾਂ ਮਾਰਨ ਡਈ ਆ, ਜਾ ਕੇ ਕੋਈ ਮੰਮੀ ਨਾਲ ਝਾੜੂ ਪੋਚਾ ਕਰਵਾ ਦੇ, ਕੋਈ ਕੰਮ ਕਾਰ ਕਰਾ ਲਾ ਬਾਹਰ ਨਿਕਲ ਕੇ। ਮੇਰਾ ਤਾਂ ਰੋ ਰੋ ਕੇ ਨਾ ਸਿਰ ਵੀ ਫਟਣ ਡੈ ਪਿਆ, ਆਹੋ ਹੁਣ ਝਾੜੂ ਪੋਚਾ ਮਾਰਨਾ ਵਾ ਤੇ ਮੰਮੀ ਆਂਦੀ ਆਣ ਕੇ ਝਾੜੂ ਪੋਚਾ ਮਰਾ ਲਾ ਮੇਰੇ ਨਾਲ, ਤੇ ਜਦੋਂ ਮੰਮੀ ਮੈਨੂੰ ਗੱਲਾਂ ਕਰਦੀ ਇੱਕ ਵਾਰੀ ਵੀ ਮੰਮੀ ਮੈਨੂੰ ਅੰਦਰ ਮਨਾਉਣ ਆਈ ਆ ਦੱਸੋ ਹਾਂ। ਉਹ ਯਾਰ ਫਿਰ ਸਾਸੇ ਆਣਾ, ਸਾਸੇ ਆ ਯਾਰ, ਜੇ ਸੱਸੇ ਮਾਵਾਂ ਬਣ ਜਾਣ ਤੇ ਫਿਰ ਲੋਕ ਆਪਣੀਆਂ ਮਾਵਾਂ ਨੂੰ ਕਿਉਂ ਚੇਤੇ ਕਰਨ, ਸਹੀ ਕਿਹਾ ਕਿਸੇ ਵਾਕਈ ਸੱਸ ਵਾਏ। ਤੂੰ ਗੱਲਾਂ ਬਹੁਤੀਆਂ ਬਣਾਉਂਦੀ ਹੈ ਭਾਬੀ ਮਾਂ ਮੇਰੇ ਤਰਲੇ ਲੈਂਦੀ ਤੇ ਮੈਂ ਓਦਾਂ ਬੈਠੀ ਕੁੰਡੀ ਖੋਲਦੇ, ਕਹਿੰਦਾ ਸਾਰਿਆਂ ਨੇ ਮੇਰੇ ਦੁਆਲੇ ਹੋ ਗਏ ਵੀ ਸਾਡੀ ਤੇ ਜਾਨ ਨਿਕਲ ਚੱਲੀ, ਤੂੰ ਅੰਦਰ ਬੂਹਾ ਟੋ ਕੇ ਬੈਠੀ ਹੈ। ਤੇ ਚੱਲ ਮੰਮੀ ਨੂੰ ਮੈਂ ਮਹਾਂ ਮਨਾਇਆ ਵਾ, ਮੰਮੀ ਨੂੰ ਆਵਾਜ਼ ਤੈਨੂੰ ਪਿਆਰ ਨਾਲ ਹੀ ਮਾਰੀ ਉੱਠ ਕੇ ਜਾ। ਚੱਲ ਪਿਆਰ ਨਾਲ ਮਾਰੀ ਮੰਮੀ ਨੂੰ, ਪਤਾ ਮੈਨੂੰ ਜਿੰਨੀ ਕੁ ਮੰਮੀ ਨੇ ਪਿਆਰ ਨਾਲ ਆਵਾਜ਼ ਮਾਰੀ ਆ ਯਾਰ, ਬੰਦੇ ਦੀ ਕੋਈ ਅਹਿਮੀਅਤ ਹੀ ਨਹੀਂ ਹੈਗੀ ਵੀ ਆਪਣਾ ਘਰ ਛੱਡ ਕੇ। ਯਾਰ ਅਹਿਮੀਅਤ ਹੈਗੀ ਆ ਤੇ ਤਾਂ ਹੀ ਕਿਹਾ ਵਾ, ਫਿਰ ਹੁਣ ਤੂੰ ਨਾ ਨਾ ਗਈ ਫਿਰ ਉਹਨੇ ਫੇਰ ਐਵੇਂ ਅੱਗ ਬਬੂਲੀ ਹੋ ਜਾਣੀ ਆ। ਅਹਿਮੀਅਤ ਪਤਾ ਵਾ ਵੀ ਉੱਠ ਕੇ ਝਾੜੂ ਮਾਰ ਲੈ, ਮਾਰਨਾ ਹੀ ਪੈਣਾ ਮਾਰਦੀ, ਬੰਦਾ ਪਿਆਰ ਨਾਲ ਆਣ ਕੇ ਮੰਮੀ ਮਨਾਉਂਦੀ ਵੀ ਚੱਲ ਕੋਈ ਨੀ ਪੁੱਤ ਉੱਠ ਆ ਮੇਰੇ ਲਾਗੇ, ਚੱਲ ਜੇ ਮੈਂ ਵੀ ਮਾੜਾ ਚੰਗਾ ਬੋਲਦਾ ਤੇ ਬੰਦਾ ਉਹੀ ਪਿਆਰ ਨਾਲ ਸਮਝਾ ਕੇ ਤੇਰੀ ਮਾਂ ਵੀ ਬੋਲਦੀ ਮੈਨੂੰ ਵੀ ਮਾਂ ਸਮਝ। ਉੱਚੀ ਨਾ ਬੋਲ, ਮਾਤਾ ਸਾਹਮਣੇ ਬੈਠੀ ਫੇਰ ਕਹੂ ਐਵੇਂ ਗੱਲਾਂ ਬਾਤਾਂ ਮਾਰਨ ਲਈ ਅੰਦਰ, ਮਾੜੀਆਂ ਚੰਗੀਆਂ ਜਾ ਕੇ ਤੇ ਕੰਮ ਕਰ। ਕਿਹੜੀਆਂ ਮੈਂ ਮਾੜੀਆਂ ਚੰਗੀਆਂ ਕੀਤੀਆਂ, ਇੱਕ ਤੇ ਤੁਸੀਂ ਵੀ ਨਹੀਂ ਮੇਰਾ ਸਾਥ ਦਿੰਦੇ, ਹੁਣ ਸਾਥ ਮੈਂ ਵੀ ਕਿਹਦਾ ਕਿਹਦਾ ਦਵਾਂ ਦੱਸ, ਮਾਂ ਦਾ ਦਵਾਂ ਕਿ ਤੇਰਾ ਦਵਾਂ, ਮੈਂ ਤੇ ਕਹਿੰਦਾ ਦੋਵੇਂ ਬਰਾਬਰ ਹੀ ਆ। ਹਾਂਜੀ ਮੰਮੀ। ਚੱਲ ਸੁੱਖ ਪੁੱਤ ਹੁਣ ਤੂੰ ਇੱਦਾਂ ਕਰ ਭਾਰੀ ਬੁੱਕਰ ਪਾ ਮਾਰ ਲਾ, ਮੈਂ ਤੈਨੂੰ ਕਦੋਂ ਦੀ ਦਰਵਾਜ਼ਾ ਮਾਰਨ ਡਈ ਤੂੰ ਬਾਹਰ ਨਹੀਂ ਨਿਕਲਣ ਡਈ, ਤੇ ਮੈਂ ਲੀੜੇ ਵੇਲਾ ਲੀੜੇ ਵੀ ਜੋੜ ਦਿੱਤੇ ਆ, ਹੈਂ ਤੂੰ ਵੀ ਕੋਈ ਥੋੜ੍ਹਾ ਜਿਹਾ ਉੱਠ ਕੇ ਤੇ ਕੰਮ ਕਰ ਲਿਆ ਕਰ, ਆਵਾਜ਼ ਮਾਰਿਆ ਥੋੜ੍ਹੀ ਪੁੱਤ ਉੱਠੀ ਦਾ। ਕੋਈ ਨਹੀਂ ਮੰਮੀ ਮੈਂ ਝਾੜੂ ਮਾਰ ਲੈਂਦੀ ਹਾਂ। ਨਾਲੇ ਮੇਰੀ ਗੱਲ ਸੁਣ, ਸੁੱਖ ਡੁਸਕੀ ਦਾ ਨਹੀਂ ਹੁੰਦਾ, ਰੋਈ ਦਾ ਨਹੀਂ ਹੁੰਦਾ,
ਐਵੇਂ ਨੀ ਕਲਿਆਣ ਪੁਲਾ ਖਲਾਈ ਦਾ ਹੁੰਦਾ ਹਰ ਵੇਲੇ, ਇਹ ਤੇਰਾ ਘਰ ਸੁੱਖ ਮੰਗਿਆ ਕਰ ਸਵੇਰੇ ਉੱਠ ਕੇ। ਮੰਮੀ ਸੁੱਖ ਹੀ ਮੰਗਦੇ, ਤੁਸੀਂ ਵੀ ਤੇ ਝੱਟ ਨੁਕਸ ਕੱਢਤਾ, ਤੁਸੀਂ ਆਪੇ ਦੱਸੋ ਕੜਾ ਮਾਰਾ ਬਣਿਆ ਸੀ। ਚੱਲ ਕੋਈ ਗੱਲ ਨੀ, ਨੁਕਸ ਕੱਢਦਾ ਫਿਰ ਕੀ ਹੋਇਆ, ਵਾਧੇ ਘਾਟੇ ਹੋ ਹੀ ਜਾਂਦੇ ਆ। ਤੂੰ ਕਹਿ ਵੀ ਤੂੰ ਸੋ, ਜੇ ਤੂੰ ਉਹ ਜਿਹੀ ਹੁੰਦੀ ਤੂੰ ਗਾੜੀ ਮੈਨੂੰ ਕਹਿੰਦੀ, ਕਹਿੰਦੀ ਮੰਮੀ ਚਾਹੇ ਆਪਾਂ ਮਾੜਾ ਬਣ ਗਿਆ ਮੈਂ ਗਾੜੀ ਚੰਗਾ ਬਣਾ ਦੂੰਗੀ, ਆਪੇ ਗੱਲ ਨਾ ਵੱਧਦੀ। ਇਹਦੇ ਵਿੱਚ ਕੀ ਹੈ, ਹੈ ਹੀ ਕੋਈ ਲੜਾਈ ਵਾਲੀ ਗੱਲ, ਰੋਣ ਵਾਲੀ ਗੱਲ ਜਿਹੜੀ ਤੂੰ ਰੋਣ ਲੱਗ ਪਈ ਅੰਦਰ। ਪਰ ਮੰਮੀ ਆਪਾਂ ਵੀ ਤਾਂ ਦੋਵੇਂ ਜੀ ਗਾਂਢੇ, ਸਾਨੂੰ ਤੇ ਮਾੜਾ ਦਿਖਿਆ ਨੀ। ਮੈਨੂੰ ਥੋੜ੍ਹਾ ਜਿਹਾ ਲੱਗਾ ਸੀ, ਚੱਲ ਕੋਈ ਗੱਲ ਨੀ, ਗਾਂ ਤਾਂ ਥੋੜ੍ਹਾ ਜਿਹਾ ਭੁੱਲ ਲਿਆ ਕਰ, ਗੱਲ ਮੁੱਕ ਜੂ। ਠੀਕ ਆ, ਹਾਂਜੀ ਠੀਕ, ਚਲੋ ਬਾਹਰੀ ਬੋਕਰ ਫਿਰ। ਕਿੱਥੇ ਮੰਮੀ ਝਾੜੂ, ਮੈਂ ਇੱਥੇ ਰੱਖਿਆ ਸੀ। ਉਹ ਸਟੋਰ, ਸਟੋਰ 'ਚ ਪਿਆ ਸੀ। ਅੱਛਾ, ਉੱਧਰ ਰੱਖਤਾ ਸੀ ਚੁੱਕ ਕੇ। ਹਾਂ ਹਾਂ, ਉੱਧਰ ਰੱਖਤਾ। ਆ ਲੀੜੇ ਲੜੇ ਨਾਲੇ ਚੁੱਕੋ, ਆਪਣਾ ਘਰ ਸਾਂਭੋ। ਮੰਮੀ ਜੀ ਮਾੜਾ ਜਿਹਾ ਪੈਰ ਪਰੇ ਨੀ ਕਰਿਓ, ਹੁਣ ਤਾਂ ਚੁੱਕ ਲਓ ਪੈਰ। ਹੋ ਗਿਆ ਕੰਮ? ਹਾਂ, ਜੋੜ ਲਿਆ। ਮੰਮੀ ਇਦਾਂ ਰਲ ਮਿਲ ਕੇ ਕੰਮ ਕਰ ਲਿਆ ਕਰੋ, ਹਾਂ ਨਾਲੇ ਡੰਗ ਸਰ ਜਾਂਦਾ ਵਾ, ਨਾਲੇ ਕੰਮ ਮੁੱਕ ਜਾਂਦਾ। ਸਾਬੀ ਮੈਂ ਕਿਹੜਾ ਨੂੰ ਮਾੜਾ ਜਾਣਦੀ, ਮੈਨੂੰ ਵੀ ਬੜਾ ਚਾਅ ਵਾ ਕਿ ਘਰ ਵਿੱਚ ਤੁਰੀ ਫਿਰਦੀ ਆ, ਇਹ ਤਾਂ ਨਹੀਂ ਵੀ ਮੈਨੂੰ ਮਾੜੀ ਲੱਗਦੀ ਆ। ਪਰ ਜੇ ਚੱਲ ਹੁਣ ਕਿਹਾ ਕੰਮ ਕਰਨ ਦੀ, ਮੈਨੂੰ ਵੀ ਚੰਗੀ ਲੱਗਣ ਦੀ, ਅਤੇ ਜੇ ਫਿਰ ਕੰਮ ਨਹੀਂ ਕਰਦੀ ਮੇਰੇ ਆਖੇ ਲੱਗਦੀ, ਫਿਰ ਮੈਨੂੰ ਗੁੱਸਾ ਚੜ੍ਹਦਾ। ਓਏ ਉਹ ਤਾਂ ਗੱਲ ਠੀਕ ਆ, ਤੁਸੀਂ ਵੀ ਕਹਿ ਲਿਆ ਕਰੋ ਵੀ ਕੰਮ ਕਰ ਲਾ ਸੁੱਖ। ਚੱਲ ਕੋਈ ਨਹੀਂ, ਕਿਹਾ ਤੇ ਤੋਰੀ ਪਈ ਆ। ਚੱਲ ਕੋਈ ਨਹੀਂ, ਮੈਂ ਕਹਿ ਲਿਆ ਕਰੂੰ, ਜੇ ਕਿਹਾ ਹੀ ਕੰਮ ਕਰਦੇ, ਚੱਲ ਮੈਂ ਕਹਿ ਲਿਆ ਕਰੂੰ। ਹੋਰ ਦੱਸ ਕੀ ਕਰਨਾ? ਬਸ ਤੇ ਮੈਂ ਹੁਮਾ ਮੋਟਰ ਤੋਂ ਫੇਰਾ ਮਾਰਾਂ। ਚੱਲ ਜਾ ਪੈਲੀ ਬੰਨਾ ਵੇਖ ਕੇ, ਮੈਂ ਚਾਹੁੰਦਾ ਕਿੱਦਾਂ ਪੱਕਾ ਆਟ ਨਹੀਂ ਆ, ਕਿੰਨਾ ਕੁ ਕੰਮ ਆ। ਆ ਸੁੱਖ ਰੱਖ ਲਓ ਜਿੱਥੇ ਆ ਥਾਂ ਹੋ ਜੀ, ਕਹਿੰਦੇ ਜਿੱਥੇ ਜਿੱਥੇ ਰੱਖਣੇ ਲੀੜੇ ਲਾ ਲਾ। ਚੰਗਾ ਠੀਕ ਆ, ਮੰਮੀ ਜੀ ਰੱਖ ਲੈਂਦੀ ਆ। ਆਹੋ ਲਾ ਲਾ, ਚੁੰਨੀਆਂ ਵੱਖਰੀਆਂ ਲਾ ਲਈ ਤੇ ਕੱਪੜੇ ਵੱਖਰੇ ਲਾ ਲਈ। ਮੈਂ ਨਾ ਸ਼ੀਸ਼ੇ ਜਾ ਕੇ ਧਾਰਾਂ ਕੱਢਾਂ ਵਾ, ਉਹਨਾਂ ਚਾਚਾ ਜੀ ਹੋਰੀ ਬਾਹਰ ਆ ਜਾਣ, ਮੈਂ ਮੁੜ ਕੇ ਇਹਨਾਂ ਨੂੰ ਕਿੱਦਾਂ ਜਵਾਬ ਦਊਂਗੀ, ਹਨੇਰੇ ਜੇ ਹੋਏ ਜਾਊਂਗੀ ਫਿਰ। ਆ ਤੈਨੂੰ ਮੈਂ ਦੱਸਾਂ, ਆ ਵੇਖ ਆ, ਉੱਥੇ ਹਲਵਾਈ ਲੱਗ ਜਾਣੇ ਆ, ਉੱਥੇ ਲਾ ਦੇਣੀਆਂ ਭੱਠੀਆਂ, ਤੇ ਇੱਥੇ ਟੈਂਟ ਲਾ ਲੈਣਾ, ਜੇ ਆਪੇ ਚਾਹ ਪਾਣੀ ਪੀਣਗੀ ਸਕਦ ਜਿਹੜੀ ਪਿੰਡ ਦੀ ਉਹ ਇੱਥੇ ਪੀ ਲੂਗੀ, ਠੀਕ ਨੀ? ਸ਼ਰਮਜੀਤ ਚਾਚਾ ਜੀ ਆ ਜਾ। ਖੁਸ਼ੀ ਗਏ ਨਾ ਓਦਾਂ? ਹਾਂਜੀ। ਚੱਲ ਚੰਗਾ ਚੰਗਾ, ਖੁਸ਼ੀ ਗਏ। ਅੱਛਾ ਅੱਛਾ, ਮੈਂ ਤੇ ਤੁਹਾਡੇ ਕੋਲ ਆਉਣਾ ਸੀ, ਅਸੀਂ ਆਖਣ ਦੇ ਵੀ ਉਸੇ ਸਾਹ ਤੇ ਕਰ ਲਈਏ 24 ਤਰੀਕ ਵਾਲੇ ਤੇ ਹੀ। ਆਹੋ ਉਹੀ ਠੀਕ ਵਾ। ਆਹੋ ਅਸੀਂ ਵੀ ਇਹਨੇ ਵੀ ਚੱਲ ਪੈਲਸ ਦੇ ਹੁਣ ਬੁੱਕ ਹੋਇਆ ਹੀ ਆ, ਤੇ ਉਸੇ ਸਾਹ ਦੇ ਇਹੋ ਤਾਂ ਮੇਰਾ ਰਹਿੰਦਾ ਸੀ, ਤੇ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਤੋਂ ਗੱਲ ਸੁਣ ਕੇ ਫਿਰ ਉਸੇ ਵੇਲੇ ਭੈਣਾ ਉਹ ਤਾਂ ਡੈ ਪਈਆਂ ਵੀ ਤੂੰ ਪਹਿਲਾਂ ਨਹੀਂ ਦੱਸਿਆ, ਉਹ ਤਾਂ ਜਵਾਬ ਦੇ ਗਏ ਆ। ਕਹਿੰਦੇ ਤੁਸੀਂ ਫਿਰ ਪਹਿਲਾਂ ਕਿਉਂ ਨੀ, ਤੁਸੀਂ ਸਾਡੇ ਨਾਲ ਗੱਲ ਖੋਲੀ, ਪਹਿਲਾਂ ਕਿਉਂ ਨੀ ਸਾਨੂੰ ਦੱਸਿਆ ਕਾਹਦੀ ਗੱਲ ਪਹਿਲਾਂ ਨਹੀਂ ਦੱਸੀ? ਕੁੜੀ ਦਾ ਰਿਸ਼ਤਾ ਟੁੱਟਾ ਸੀ, ਮੈਂ ਕਿਹਾ ਉਹਨਾਂ ਦੀਆਂ ਸਾਰੀਆਂ ਤਿਆਰੀਆਂ ਹੋਈਆਂ ਵਾ ਤੇ ਜੇ ਅਸੀਂ ਵਿਆਹ ਕਰਨਾ ਵਾ ਤੇ 24 ਤਰੀਕ ਦਾ ਰੱਖ ਲੈਂਦੇ ਹਾਂ, ਮੈਂ ਤਾਂ ਉਹਨਾਂ ਨੂੰ ਬੜਾ ਕਿਹਾ
ਤੇ ਮੈਂ ਕਿਹਾ ਆਪਣੀ ਸਾਨੂੰ ਪੂਰਾ ਪਤਾ ਵਾ ਸਾਡੀ ਕੁੜੀ ਸਹੀ ਆ, ਕੁੜੀ ਸਾਡੀ ਵਿੱਚ ਕੋਈ ਕਮੀ ਨਹੀਂ ਹੈਗੀ, ਤੇ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਵਾਲੀ ਗੱਲ ਵਾ ਵੀ ਤੁਸੀਂ ਏਦਾਂ ਨਹੀਂ ਕਰੋਗੇ, ਪਰ ਉਹਨਾਂ ਨੇ ਮੇਰੀ ਇੱਕ ਵੀ ਨਹੀਂ ਸੁਣੀ। ਤਰੀਕ ਰੱਖ ਲੈਣੇ ਇਹਨਾਂ ਨੇ ਤਿਆਰੀਆਂ ਕੀਤੀਆਂ ਵਾ, ਕੁੜੀ ਦਾ ਰਿਸ਼ਤਾ ਹੋਇਆ ਸੀ ਪਹਿਲਾਂ, ਉਹ ਗੱਲ ਸੁਣ ਕੇ ਤੋਂ ਮੁੜ ਕੇ ਵੇਖ ਲੋ ਹੁਣ ਇਹਦਾ ਕਸੂਰ ਸਰਬਜੀਤ ਦਾ ਹੀ ਹੋਇਆ। ਤੂੰ ਪਹਿਲਾਂ ਹੀ ਦੱਸ ਦਿੰਦੀ ਹਾਂ ਉਹਨਾਂ ਨੂੰ ਸਾਰੀ ਗੱਲਬਾਤ, ਆਹ ਗੱਲਬਾਤ ਜੇ ਤੇ ਏਦਾਂ, ਜੇ ਤੇ ਏਦਾਂ ਕੁੜੀ ਆ ਤੇ ਰਿਸ਼ਤੇ ਦੀ ਗੱਲ ਹੋਰ ਨਹੀਂ ਫੇਰੀ, ਏਦਾਂ ਨਹੀਂ ਸਰਬਜੀਤ ਤੈਨੂੰ ਕਰਨੀ ਚਾਹੀਦੀ, ਅਸੀਂ ਤੇ ਅੱਗੇ ਮਰੇ ਹਾਂ, ਗਲਤੀ ਕੀ ਹੋਣਾ ਕੁੜੀ ਨੂੰ ਦੱਸਣਾ ਹੀ ਜਾ ਗਿਆ ਆਪਾਂ, ਗਲਤੀ ਉਹਦੀ ਵਿਚਾਰੀ ਦਾ ਕੀ ਕਸੂਰ ਵਾ, ਮੈਂ ਤੇ ਉਹਦਾ ਕੀ ਕਸੂਰ ਕੱਢੀ ਜਾਂਦੀ, ਮੈਂ ਤਾਂ ਆਪਣੇ ਭੈਣ ਭਰਾ ਸਮਝ ਕੇ, ਇਹ ਸਾਡੇ ਧੀਰੇ ਲੇਖ, ਇਹ ਸਾਡੇ ਕਰਮ, ਭਾਈ ਸਾਡੀ ਧੀ ਨੂੰ ਕਿਸੇ ਨੇ ਵੀ ਨਾ ਨਹੀਂ ਬਣਾਉਣਾ, ਜਿੱਥੇ ਮਾਲਕ ਰੱਖਦਾ ਅੰਦਰ ਉੱਥੇ ਰਹਿਣਾ ਪੈਣਾ, ਜਿੱਥੇ ਉਹ ਰੱਖੂ ਉੱਥੇ ਰਹਿਣਾ ਪੈਣਾ, ਜਿੱਥੇ ਜਾ ਉਹਨੂੰ ਚੁੱਪ ਕਰਾ, you